ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ। ਸੋ ਕੁਰਾਲੀ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਇੱਕ ਬੜੀ ਮਸ਼ਹੂਰ ਦੁਕਾਨ ਹੈ ਭਾਂਡਿਆਂ ਦੀ, ਜੋ ਕੁੱਕੂ ਦੀ ਹੱਟੀ ਤੁਸੀਂ ਪਿੱਛੇ ਇਹ ਦੇਖ ਵੀ ਸਕਦੇ ਹੋ। ਸੋ ਅੱਜ ਅਸੀਂ ਇਹਨਾਂ ਦੇ ਗੋਦਾਮ ਦੇ ਵਿੱਚ ਖੜ੍ਹੇ ਹਾਂ, ਜਿੱਥੇ ਕਿ ਇਹ ਸਾਡੇ ਵੀਰ ਨੇ ਆਪਣੇ ਰਾਜਨ ਜੀ, ਜੋ ਇਸ ਦੁਕਾਨ ਨੂੰ ਚਲਾ ਰਹੇ ਨੇ, ਇਸ ਦੁਕਾਨ ਦੇ ਮਾਲਕ ਨੇ। ਅੱਜ ਇੱਥੇ ਭਾਈ ਸਾਹਿਬ ਭਾਈ ਸੁਖਵੀਰ ਸਿੰਘ ਜੀ ਕੰਧੋਲੇ ਵਾਲੇ ਪਹੁੰਚੇ ਨੇ, ਜੋ ਲੜਕੀਆਂ ਦੇ, ਲੋੜਵੰਦ ਲੜਕੀਆਂ ਦੇ ਵਿਆਹ ਕਰਦੇ ਨੇ, ਹਰ ਸਾਲ ਵਿਆਹ ਕਰਦੇ ਨੇ, ਜੋ 860 ਲੜਕੀਆਂ ਦੇ ਅੱਜ ਤੱਕ ਵਿਆਹ ਕਰ ਚੁੱਕੇ ਨੇ, ਅਤੇ ਹੁਣ 3 ਅਕਤੂਬਰ ਨੂੰ ਫਿਰ ਜੋ ਬਾਬਾ ਜੀ ਭਾਈ ਸਾਹਿਬ ਭਾਈ ਸੁਖਵੀਰ ਸਿੰਘ ਜੀ ਵਿਆਹ ਕਰਨ ਜਾ ਰਹੇ ਨੇ ਲੜਕੀਆਂ ਦੇ। ਉਹ ਜੋ ਵੀ ਸਮਾਨ ਲੈਂਦੇ ਨੇ ਕੁਰਾਲੀ ਦੇ ਵਿੱਚ ਆਉਂਦੇ ਨੇ, ਰਾਜਨ ਜੀ ਦੇ ਨਾਲ ਸੰਪਰਕ ਕਰਦੇ ਨੇ, ਕਿਉਂਕਿ ਇਹਨਾਂ ਦਾ ਜਿਹੜਾ ਸਮਾਨ ਹੈ, ਸਮਾਨ ਦੀ ਕੁਆਲਿਟੀ ਵੀ ਹੈ, ਭਾਂਡਿਆਂ ਦੀ ਕੁਆਲਿਟੀ ਵੀ ਹੈ, ਅਤੇ ਰੇਟ ਵੀ ਇਹਨਾਂ ਦਾ ਜਾਇਜ਼ ਹੈ। ਸੋ ਐਡੀ ਦੂਰੋਂ ਜੋ ਆ ਰਹੇ ਨੇ, ਇਸੇ ਕਰਕੇ ਭਾਈ ਸਾਹਿਬ ਭਾਈ ਸੁਖਵੀਰ ਸਿੰਘ ਜੀ ਇਹਨਾਂ ਕੋਲ ਪਹੁੰਚਦੇ ਨੇ। ਅਤੇ ਆਓ ਆਪਾਂ ਹੁਣ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਭਾਈ ਸੁਖਵੀਰ ਸਿੰਘ ਜੀ ਦੇ ਨਾਲ, ਅਤੇ ਚਲੋ ਚੱਲਦੇ ਹਾਂ ਆਪਾਂ ਹੁਣ ਇਸ ਦੁਕਾਨ ਦੇ ਅੰਦਰ। ਭਾਈ ਸਾਹਿਬ ਭਾਈ ਸੁਖਵੀਰ ਸਿੰਘ ਜੀ, ਕੰਧੋਲੇ ਤੋਂ ਤੁਸੀਂ ਅੱਜ ਕੁਰਾਲੀ ਸ਼ਹਿਰ ਦੇ ਵਿੱਚ ਆਏ ਹੋ। ਸੋ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਫਤਿਹ ਜੀ, ਫਤਿਹ ਜੀ ਜੀ। ਸੋ ਤੁਸੀਂ ਬਹੁਤ ਇੱਕ ਵੱਡੀ ਸੇਵਾ ਨਿਭਾਉਂਦੇ ਹੋ, ਜਿਹੜੀ ਕੰਧੋਲੇ ਦੇ ਵਿੱਚ ਆਪਣਾ ਜੋ ਲੜਕੀਆਂ ਨੇ, ਲੋੜਵੰਦ ਲੜਕੀਆਂ ਨੇ, ਉਹਨਾਂ ਦੇ ਵਿਆਹ ਸ਼ਾਦੀਆਂ ਕਰਦੇ ਹੋ, ਕੀ ਕਹਿਣਾ ਤੁਹਾਡਾ? ਅਤੇ ਹੁਣ ਇਹ ਕਦੋਂ ਪ੍ਰੋਗਰਾਮ ਹੈ ਤੁਹਾਡਾ? ਵੀਰਾ ਜੀ, ਜਿਹੜਾ ਇਹ ਪ੍ਰੋਗਰਾਮ ਆਪਾਂ ਹਰ ਇੱਕ ਸਾਲ ਕਰਦੇ ਹਾਂ, ਐਤਕੀ ਆਪਣਾ ਪ੍ਰੋਗਰਾਮ 3 ਅਕਤੂਬਰ ਦਿਨ ਵੀਰਵਾਰ ਦਾ ਹੈ। 1 ਅਕਤੂਬਰ ਨੂੰ ਆਪਾਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਂਗੇ ਖੁੱਲ੍ਹੇ ਪੰਡਾਲਾਂ ਦੇ ਵਿੱਚ। 3 ਤਰੀਕ ਨੂੰ ਭੋਗ ਪੈਣਗੇ, ਅਤੇ ਉਸ ਤੋਂ ਉਪਰੰਤ ਬੇਟੀਆਂ ਦੇ ਆਨੰਦ ਕਾਰਜਾਂ ਦੀ ਰਸਮ ਹੈ, ਅਤੇ ਅਸੀਂ 31 ਬੇਟੀਆਂ ਦੇ ਆਨੰਦ ਕਾਰਜ ਰੱਖੇ ਸੀ। ਸਾਡੇ ਕੋਲ ਜੋ ਕੰਪਲੀਟ ਫਾਰਮ ਹੋ ਕੇ ਆਏ, ਉਹ ਸਾਡੇ ਕੋਲ 16 ਬੇਟੀਆਂ ਦੇ ਆਨੰਦ ਕਾਰਜ ਕੰਪਲੀਟ ਹੋ ਕੇ ਸਾਡੇ ਕੋਲ ਫਾਰਮ ਪਹੁੰਚ ਗਏ। ਅਸੀਂ 16 ਬੇਟੀਆਂ ਦੇ ਆਨੰਦ ਕਾਰਜਾਂ ਦੀ ਤਿਆਰੀ ਕੀਤੀ ਹੈ। 3 ਤਰੀਕ ਹੈ ਜੀ, ਪਿੰਡ ਕੰਦੋਲਾ ਹੈ, ਨੇੜੇ ਸ਼੍ਰੀ ਚਮਕੌਰ ਸਾਹਿਬ ਜੀ। ਹਾਂਜੀ, ਸੋ ਇਹਦੇ 'ਚ ਮਤਲਬ ਕਿ ਆਪਣੇ ਵੱਲੋਂ ਕੀ ਦਿੱਤਾ ਜਾਂਦਾ, ਜੋ ਲੜਕੀਆਂ ਨੂੰ ਦੇਣਾ ਜਾਂ ਉਹਨਾਂ ਦੇ ਹਸਬੈਂਡ ਘਰ ਵਾਲਿਆਂ ਨੂੰ ਦੇਣਾ, ਪਰਿਵਾਰ ਨੂੰ? ਜਿਹੜਾ ਵੀਰੇ ਜੀ, ਇਹ ਦੇਖੋ ਇੱਕ ਛੋਟਾ ਜਿਹਾ ਯੋਗ ਉਪਰਾਲਾ ਹੀ ਹੁੰਦਾ ਹੈ, ਕਿ ਬੰਦੇ ਦੇ ਦੇਣ ਲੈਣ ਨਾਲ ਕੋਈ ਬੰਦਾ ਕੋਈ ਵੱਡਾ ਜਾਂ ਛੋਟਾ ਨਹੀਂ ਹੋਇਆ ਕਰਦਾ। ਕਹਿੰਦੇ ਰੱਬੇ ਰਜ਼ਾ ਦੇਵੇ ਤਾਂ ਬੰਦਾ ਰੱਜ ਸਕਦਾ, ਬਲਕਿ ਕਹਿੰਦੇ ਹੁੰਦੇ ਆ ਵੀ ਜਿਹੜਾ ਬੰਦੇ ਦਾ ਢਿੱਡ ਤਾਂ ਭਰ ਸਕਦਾ ਪਰ ਉਹਦੀ ਭੁੱਖ ਨਹੀਂ ਭਰ ਸਕਦੀ। ਹਾਂਜੀ, ਜਿਹਨੂੰ ਸਬਰ ਆਉਣਾ ਉਹਨੂੰ ਤਾਂ ਵੀਰ ਜੀ ਕਈ ਪਰਿਵਾਰ ਚੁੰਨੀ ਚੜਾ ਕੇ ਰਿਸ਼ਤਾ ਕਰ ਦਿੰਦੇ ਆ, ਉੱਥੇ ਸਬਰ ਆ ਜਾਂਦਾ ਹੈ। ਕਈ ਲੋਕ ਕਰੋੜਾਂ ਰੁਪਇਆ ਖਰਚ ਦਿੰਦੇ ਆ, ਉਹ ਧੀਆਂ ਵਿਚਾਰੀਆਂ ਫਿਰ ਮੁੜ ਕੇ ਪੇਕੇ ਹੀ ਵਾਪਸ ਆ ਜਾਂਦੀਆਂ ਹੈ ਨਾ ਜੀ। ਆਪਾਂ ਤਾਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ, ਅਤੇ ਇੱਕ ਅਸੀਂ ਪੇਟੀ, ਇੱਕ ਅਲਮਾਰੀ, ਇੱਕ ਕੂਲਰ, ਇੱਕ ਦੀਵਾਨ ਬੈੱਡ, ਸੋਫਾ ਸੈੱਟ, ਡੈਨਲਪ ਦੇ ਠੰਡੇ ਗਰਮ ਗੱਦੇ, 4 ਕੁਰਸੀਆਂ, ਪਲਾਸਟਿਕ ਦਾ ਟੇਬਲ, ਲੱਕੜ ਦਾ ਟੇਬਲ, ਅਤੇ ਵੱਡਾ ਟਰੰਕ ਬਰੀ ਵਾਲਾ। ਉਸ ਤੋਂ ਬਾਅਦ 51 ਭਾਂਡੇ, ਅਤੇ ਸਿਲਾਈ ਮਸ਼ੀਨ, ਪ੍ਰੈਸ, ਮਧਾਣੀ, ਕੁੱਕਰ। ਉਸ ਤੋਂ ਬਾਅਦ ਆ ਜਾਂਦਾ ਸਰ ਤੁਹਾਡਾ ਮੁੰਡੇ ਨੂੰ ਘੜੀ, ਕੁੜੀ ਨੂੰ ਘੜੀ, ਅਤੇ ਉਸ ਤੋਂ ਬਾਅਦ ਆਪਾਂ ਲਾ ਲੈਂਦੇ ਹਾਂ 7 ਸੂਟ ਕੁੜੀ ਦੀ ਬਰੀ ਦੇ,
ਦੋ ਦੀ ਸੱਸ ਦੇ ਸਹੁਰੇ ਦਾ ਕੰਬਲ, ਮਾਮੇ ਦਾ ਕੰਬਲ ਤੇ ਉਹਨਾਂ ਦੀ ਪੇਟੀ ਖਲਾਈ ਦੇ ਸੂਟ, ਉਹਨਾਂ ਦੇ ਲਾਗੀਆਂ ਦੇ ਕੱਪੜੇ ਤੇ ਇਹ ਚੀਜ਼ਾਂ ਹੋ ਗਈਆਂ। ਤੇ ਇੱਕ ਫਿਰ ਨਾਲ ਹੁੰਦਾ ਸਾਈਕਲ, ਸਾਈਕਲ ਮੁੰਡੇ ਵਾਸਤੇ ਵੀ ਇੱਕ ਹੈ ਤੇ ਕੁੜੀ ਵਾਸਤੇ ਵੀ ਇੱਕ ਸਾਈਕਲ ਆ। ਹਾਂਜੀ, ਤੇ ਇੱਕ ਫਿਰ ਨਾਲ ਟਿਫਨ ਬੰਨ ਕੇ, ਉਹ ਵੀ ਮੈਂ ਇੱਥੋਂ ਅੱਜ ਨਾਲ ਹੀ ਪਵਾਏ, ਵੱਡਾ ਟਿਫਨ ਤੇ ਨਾਲ ਇੱਕ ਰਸਮ ਹੈ ਬਜ਼ੁਰਗਾਂ ਦੀ ਭਾਈ ਕੰਮ ਤੇ ਚੱਲ, ਤੇ ਉਹਨੂੰ ਨਾਲ ਝੋਲਾ ਵੀ ਨਾਲ ਬੰਨ ਕੇ ਸਾਈਕਲ ਦੇ, ਹੈ ਨਾ। ਤੇ ਇੱਦਾਂ ਦਾ ਹੋਰ ਦੋ ਬਿਸਤਰੇ ਗਰਮ, ਦੋ ਬਿਸਤਰੇ ਠੰਡੇ, ਜੋ ਸਾਰਾ ਹੀ ਸਮਾਨ ਲਿੱਤਾ ਗਿਆ ਉਹ ਬ੍ਰਾਂਡਡ ਲਿੱਤਾ ਗਿਆ, ਕੋਈ ਵੀ ਚੀਜ਼ ਹਲਕੀ ਨਹੀਂ ਲਿੱਤੀ ਗਈ। ਬਾਜ਼ਾਰ ਦੇ ਵਿੱਚ ਪੇਟੀ 5500 ਦੀ ਮਿਲਦੀ ਆ, ਪਰ ਆਪਾਂ ਉਹ 12-13 ਹਜ਼ਾਰ ਵਾਲੀ ਪੇਟੀ ਇੱਥੇ ਤੁਹਾਡੇ ਦਸ਼ਮੇਸ਼ ਫਰਨੀਚਰ ਵਾਲਿਆਂ ਤੋਂ ਹੀ ਲਿੱਤੀ ਆ। ਅਤੇ ਬਾਬਾ ਜੀ ਦੀ ਕਿਰਪਾ ਨਾਲ ਇਹ ਕਾਰਜ ਉਹ ਆ ਵੀ ਜਿਹੜੇ ਕਾਰਜ ਵਾਸਤੇ ਕੋਈ ਉਗਰਾਹੀ ਨਹੀਂ ਹੈਗੀ, ਕਿਸੇ ਤੋਂ ਪਰਚੀ ਨਹੀਂ ਕੱਟੀ ਗਈ, ਪਰ ਅੱਜ ਇੰਨੀ ਕੁ ਮਾਣ ਵਾਲੀ ਗੱਲ ਹੈ, ਮੇਰੇ ਨਾਲ ਬਾਬਾ ਸਤਨਾਮ ਸਿੰਘ ਜੀ ਹਾਂ, ਇੰਨੀ ਕੁ ਖੁਸ਼ੀ ਵਾਲੀ ਗੱਲ ਆ ਵੀ ਅਜੇ ਸਮਾਗਮ ਨੂੰ ਹਫ਼ਤਾ ਪਿਆ, ਜਿੰਨਾ ਮਾਰਕੀਟ ਦਾ ਪੈਸਾ ਦੇਣਾ ਸੀਗਾ ਉਹ ਦੇ ਹੋ ਗਿਆ, ਕਿੱਥੋਂ ਆਇਆ ਕਿੱਥੇ ਗਿਆ ਕੋਈ ਪਤਾ ਨਹੀਂ, ਕੋਈ ਮਾਰਕੀਟ ਦਾ ਪੈਸਾ ਨਹੀਂ ਬਾਕੀ ਦੇਣਾ। ਇੱਥੋਂ ਤੱਕ ਆ ਵੀ ਲਾਂਗਰੀ ਹਲਵਾਈ ਅਜੇ ਲੱਗਣੇ ਆ ਕੱਲ੍ਹ ਪਰਸੋਂ ਨੂੰ, ਉਹਨਾਂ ਦੇ ਪੈਸੇ ਵੀ ਦੇ ਹੋ ਗਏ। ਹਾਂਜੀ, ਬਸ ਸੰਗਤ ਨੂੰ ਇੱਕੋ ਬੇਨਤੀ ਕਰਦੇ ਹਾਂ, ਤੁਸੀਂ ਆ ਜਾਇਓ, ਤੁਹਾਡਾ ਆਸ਼ੀਰਵਾਦ ਹੈ ਸਾਡੇ ਵਾਸਤੇ ਬਹੁਤ ਕੁਛ ਆ, ਅਤੇ ਮਾਇਆ ਦੀ ਲੋੜ ਨਹੀਂ ਹੈਗੀ, ਮਾਇਆ ਨਾ ਲੈ ਕੇ ਆਇਓ, ਮਾਇਆ ਗੁਰੂ ਘਰ 'ਚ ਆਪੇ ਹੀ ਜਿੱਥੇ ਗੁਰੂ ਦਾ ਕਾਰਜ ਹੁੰਦਾ ਆਪੇ ਆ ਜਾਂਦੀ ਹੁੰਦੀ ਹੈ। ਇਹ ਵਾਹਿਗੁਰੂ ਪਰਮਾਤਮਾ ਨੇ ਕਿਹਦੇ ਵਿੱਚ ਵਰਤ ਕੇ ਸੇਵਾ ਲੈ ਲੈਣੀ, ਸ਼ਾਇਦ ਤੁਹਾਡੇ 'ਚ ਵਰਤ ਜਾਣ, ਤੁਸੀਂ ਉਹ ਕਹੋ ਵੀ ਸਾਰਾ ਕਾਰਜ ਮੈਂ ਹੀ ਕਰ ਦੇਣਾ, ਇਸ ਕਰਕੇ ਵਾਹਿਗੁਰੂ ਪਰਮਾਤਮਾ ਜੀ 'ਚ ਵਰਤਣਗੇ ਉਹ ਤੋਂ ਸੇਵਾ ਲੈ ਲੈਣਗੇ। ਅਤੇ ਇਹ ਬਸ ਇੱਦਾਂ ਦਾ ਛੋਟਾ ਜਿਹਾ ਉਪਰਾਲਾ ਕਰਦੇ ਹਾਂ ਵੀਰ ਜੀ, ਉਹ ਸੱਚੇ ਪਾਤਸ਼ਾਹ ਕਰਾਉਂਦੇ ਹਾਂ, ਮੇਰੇ ਵਰਗੇ ਮੂਰਖ ਤਾਂ ਇੱਥੇ ਕੁਰਾਲੀ ਸ਼ਹਿਰ 'ਚ ਚਮਕੌਰ ਸਾਹਿਬ ਦੇ ਵਿੱਚ ਲੱਖਾਂ ਹੀ ਫਿਰਦੇ ਹਾਂ, ਕੋਈ ਫਰਕ ਨਹੀਂ ਹੈਗਾ। ਹਾਂਜੀ, ਤੁਸੀਂ ਲੜਕਿਆਂ ਨੂੰ ਘੜੀਆਂ ਕਹਿ ਰਹੇ ਹੋ ਅਤੇ ਹੋਰ ਵੀ ਕੁਛ ਦੇਣਾ ਮਤਲਬ? ਬਾਬਾ ਜੀ ਫਰਿੱਜ ਹੋ ਗਿਆ, ਵਾਸ਼ਿੰਗ ਮਸ਼ੀਨਾਂ ਹੋ ਗਈਆਂ, ਸਿਲਾਈ ਕਢਾਈ ਦੀਆਂ ਮਸ਼ੀਨਾਂ ਹੋ ਗਈਆਂ, ਬਹੁਤ ਕੁਛ ਇੱਦਾਂ ਦੀ, ਜਦ ਤੁਸੀਂ ਉੱਥੇ ਜਾਓਗੇ ਪਤਾ ਲੱਗੂਗਾ। 2.5-3 ਲੱਖ ਰੁਪਏ ਦਾ, 3.5 ਲੱਖ ਰੁਪਏ ਦਾ ਸਮਾਨ ਇੱਕ ਬੇਟੀ ਨੂੰ ਹੈ, ਅਤੇ ਇਹ ਬੇਟੀਆਂ ਕਿਸੇ ਹੋਰ ਘਰਾਂ ਦੀ ਨਹੀਂ, ਸਾਡੀਆਂ ਆਪਣੀਆਂ ਬੇਟੀਆਂ ਹੈ। ਹਾਂਜੀ, ਅੱਜ ਤੱਕ ਮੇਰੇ ਮੂੰਹ ਤੋਂ ਇੱਕ ਬੇਟੀ ਸ਼ਬਦ, ਇੱਕ ਭੈਣ ਸ਼ਬਦ, ਇੱਕ ਮਾਂ ਸ਼ਬਦ, ਇਸ ਤੋਂ ਇਲਾਵਾ ਕਦੇ ਹੋਰ ਸ਼ਬਦ ਨਹੀਂ ਨਿਕਲਿਆ, ਕੋਈ ਇਹੀ ਸ਼ਬਦ ਨਿਕਲਿਆ। ਛੋਟਾ ਜਿਹਾ ਇੱਥੇ ਖੇਡਦੇ ਬੱਚੇ ਆ ਗਏ, ਕਹਿੰਦੇ ਸਾਡੀ ਡੋਰ ਅੰਦਰ ਵੜ ਗਈ, ਉਹਨਾਂ 'ਚ ਦੋ ਬੇਟੀਆਂ ਸੀਗੀਆਂ, ਇਹ ਮੈਂ ਕਿਹਾ ਵੀ ਮੇਰੀਆਂ ਬੇਟੀਆਂ, ਮੈਂ ਤਾਂ ਉਹਨਾਂ ਨੂੰ ਵੀ 100-100 ਰੁਪਏ ਦੇ ਕੇ ਭੇਜਿਆ, ਜਾਓ ਬੇਟਾ ਖੇਲੋ ਕੋਈ ਚੀਜ਼ ਖਾ ਲਓ ਕੋਈ, ਹੈ ਨਾ। ਅਤੇ ਇਸ ਕਰਕੇ ਬੇਨਤੀ ਆ, ਆਪਣੇ ਮੂੰਹ 'ਚੋਂ ਤੀਜਾ ਸ਼ਬਦ ਨਹੀਂ ਨਿਕਲਿਆ, ਕਹਿੰਦੇ ਮੇਰੀਆਂ ਬੇਟੀਆਂ ਹੈ। 860 ਬੇਟੀ ਦਾ ਪਹਿਲਾਂ ਕਾਰਜ ਕਰ ਚੁੱਕੇ ਹਾਂ, ਇੱਕ ਵੀ ਬੇਟੀ ਦਾ ਅੱਜ ਤੱਕ ਰੌਲਾ ਨਹੀਂ ਪਿਆ, ਕੋਈ ਘਰ ਨਹੀਂ ਵਿਗੜਿਆ ਕਿਸੇ ਦਾ, ਅਤੇ ਇਹ ਸੱਚੇ ਪਾਤਸ਼ਾਹ ਦੀ ਕਿਰਪਾ, ਗੁਰੂ ਹਰਿਆ ਸਾਹਿਬ ਸੱਚੇ ਪਾਤਸ਼ਾਹ ਵਰਤਦੇ ਹਾਂ। ਤਾਂ ਮੇਰੇ ਵਰਗੇ ਮੂਰਖ ਤੋਂ ਉਹ ਕਾਰਜ ਉਹਦਾ ਉਹਨੇ ਕਰਾ ਆਪੇ ਲੈਣਾ, ਉਹਨੇ ਤਾਂ ਮੇਰੇ ਵਰਗੇ ਨੂੰ ਵਡਿਆਈ ਦੇਣੀ ਹੁੰਦੀ ਹੈ, ਬਾਕੀ ਕਰਨਾ ਕਰਾਉਣਾ ਉਹ ਨਹੀਂ ਆ, ਆਪਾਂ ਕੁਛ ਵੀ ਨਹੀਂ ਕਰ ਸਕਦੇ, ਬਸ ਇਹੀ ਕੁਛ ਕਹਿ ਸਕਦਾ ਤੁਹਾਨੂੰ। ਕੁਰਾਲੀ ਸ਼ਹਿਰ ਦੇ ਵਿੱਚ ਆਏ ਹੋ ਆਪਣੇ ਰਾਜਨ ਜੀ ਦੀ, ਹਾਂ ਜਿਹੜੇ ਰਾਜਨ ਜੀ ਦਾ, ਇਹਨਾਂ ਦਾ ਕਿਉਂਕਿ ਥੋਕ ਦਾ ਕੰਮ ਆ ਜੀ, ਇਹਨਾਂ ਦੇ ਕਈ ਕੰਮ ਆ, ਇਹ ਮਿਲਣਸਾਰ ਬੰਦੇ ਆ, ਅਤੇ ਹਰੇਕ ਦੇ ਦੁੱਖ ਸੁੱਖ 'ਚ ਖੜ ਜਾਂਦੇ ਆ। ਇੱਥੋਂ ਤੱਕ ਵੀ ਆ, ਕਿਸੇ ਨੇ ਬੇਟੀ ਦਾ ਕਾਰਜ ਕਰਨਾ, ਮੈਂ ਸੰਗਤ ਨੂੰ ਵੀ ਕਹੂੰਗਾ, ਕਈ ਵਾਰ ਨਾ ਬੰਦਾ ਵਿਆਹ ਦੇ ਟਾਈਮ ਬਹੁਤ ਟਾਈਟ ਹੋ ਜਾਂਦਾ, ਉੱਥੇ ਇਹਨਾਂ ਨੂੰ ਗੱਲ ਦੱਸ ਦੇਵੇ ਵੀ ਵੀਰਾ ਜੀ ਆਹ ਕੰਮ ਆ, ਇਹ ਉੱਥੇ ਮਦਦ 'ਚ ਵੀ ਖੜ ਜਾਂਦੇ ਆ, ਭਾਈ ਕੋਈ ਗੱਲ ਨਹੀਂ, ਇੰਨਾ ਕੁ ਤੂੰ ਹੁਣ ਕਰ ਦੇ, ਇੰਨਾ ਕੁ ਵਿਆਹ 'ਤੇ ਬਾਅਦ ਕਰ ਦੇਈਂ, ਮੈਂ ਤੇਰੇ ਨਾਲ ਖੜਾ। ਇਹਨਾਂ ਦੀ ਵੀ ਪਿੱਠ ਸੁਣਦੀ ਆ, ਅਸੀਂ ਕਈ ਸਾਲਾਂ ਤੋਂ ਵਰਤ ਰਹੇ ਹਾਂ ਇਹਨਾਂ ਨਾਲ, ਬੜਾ ਸੋਹਣਾ ਸਲੀਕਾ ਇਹਨਾਂ ਦਾ, ਆਹ ਦੇਖ ਲਓ ਸਾਰਾ ਹੀ ਸਮਾਨ ਇਹਨਾਂ ਨੇ ਸਾਡੇ ਵਾਸਤੇ ਭਰ ਕੇ ਰੱਖਿਆ ਹੋਇਆ, ਕਿੰਨੇ ਇਹਨਾਂ ਦੇ ਅੱਗੇ ਦੂਗੇ ਜੋ ਵੀ ਹੈਗਾ ਸਾਰੇ ਅੱਜ, ਅਤੇ ਇਹ ਮਹਾਰਾਜ ਦੀ ਕਿਰਪਾ ਦੇ ਨਾਲ ਬਈ ਬੜਾ ਸੋਹਣਾ ਇਹਨਾਂ ਦਾ ਕੰਮ ਆ ਜੀ।
ਹਾਂਜੀ ਬਹੁਤ ਵੱਡੀ ਸੇਵਾ ਇਹਨਾਂ ਦੀ ਵੀ ਹੈਗੀ। ਹਾਂ ਬਿਲਕੁਲ, ਦੇਖੋ ਜੀ ਇਹਨਾਂ ਨੇ ਦੋ ਚੀਜ਼ਾਂ ਕਰੀਆਂ, ਮੈਨੂੰ ਕਹਿੰਦੇ ਬਰਤਨ ਤੁਸੀਂ ਜਿਹੜੇ ਮਰਜ਼ੀ ਲੈ ਲਓ ਪਰ ਇੱਕ ਆਈਟਮ ਮੈਂ ਪਾਊਂਗਾ। ਹੁਣ ਆਈਟਮ ਦੇ ਵਿੱਚ ਤਾਂ ਕੌਲੀ ਗਲਾਸ ਵੀ ਆ ਜਾਂਦਾ ਜੇ ਆਪਾਂ ਸੋਚੀਏ ਨਾ। ਇਹ ਕਹਿੰਦੇ ਜੀ ਮੈਂ ਸਾਗ ਚੀਜ਼ ਦੀਆਂ ਮਸ਼ੀਨਾਂ ਪਾਊਂਗਾ। ਅੱਛਾ ਜੀ। ਫਿਰ ਮੈਂ ਵੈਸੇ ਹੀ ਮੈਂ ਕਿਹਾ ਚਲੋ ਟੋਲ ਕੇ ਤਾਂ ਦੇਖਾਂ, ਮੈਂ ਕਿਹਾ ਮੈਂ ਤਾਂ 3 ਗੜਾਸੇ ਵਾਲੀ ਮਸ਼ੀਨ ਪਾਉਣੀ ਆ। ਇਹ ਕਹਿੰਦੇ 3 ਵਾਲੀ ਉਹ ਪਊਗੀ। ਹਾਂਜੀ ਇਹਨਾਂ ਨੇ ਫ੍ਰੀ ਆਫ ਕੋਸਟ ਪਾਈ ਹੈ ਜੀ, ਉਹ ਕੋਈ ਉਹਦਾ ਪੈਸਾ ਹੀ ਲੱਤਾ ਨਹੀਂ ਵੀਰ ਜੀ। ਇੱਥੇ ਕਈ ਮੈਂ ਦੁਕਾਨਦਾਰ ਦੇਖੇ ਆ 10 ਰੁਪਏ ਪਿੱਛੇ ਉਹ ਔਖੇ ਹੋ ਜਾਂਦੇ ਆ, ਔਰ ਮਸ਼ੀਨ ਉਹ 1200-1500 ਦੀ ਇੱਕ ਆ ਜੀ। ਇਹਨਾਂ ਨੇ ਦੇਖੋ ਸਾਰੀਆਂ ਬੇਟੀਆਂ ਨੂੰ ਇੱਕ ਇੱਕ ਮਸ਼ੀਨ ਕੋਲੋਂ ਪਾਤੀ, ਔਰ ਐਡਾ ਇਹਨਾਂ ਨੇ ਸਾਡੇ ਵਾਸਤੇ ਕੰਮ ਕਰਤਾ ਇੰਨੇ ਦਿਨ ਛੱਡੇ। ਮੈਂ ਤਾਂ ਇਹੀ ਸੋਚੀ ਇਹਨਾਂ ਨੇ ਸਾਡੇ ਵਰਤੇ ਕਮਾਇਆ ਕੀ ਹੋ ਗਿਆ, ਇਹਨਾਂ ਨੇ ਇਹ ਤਾਂ ਸੇਵਾ ਹੀ ਕਰ ਗਏ ਕਿ ਹੈ ਨਾ, ਸੇਵਾ ਹੀ ਕਰ ਗਏ ਜੀ। ਹਾਂ ਜਿਹੜਾ ਇਹਨਾਂ ਨੇ ਜਿਸ ਗੱਡੀ ਸਮਾਨ ਆਏਗਾ ਨਾ ਵਾਲਾ, ਉਹ ਗੱਡੀ ਵੀ ਸਾਡੇ ਵੱਲੋਂ ਫ੍ਰੀ ਜਾਏਗੀ ਜੀ। ਗੱਡੀ ਦਾ ਕਿਰਾਇਆ ਵੀ ਸਾਡਾ ਕੱਪੜੇ ਵਾਲਾ, ਇਹ ਦੋਨੋਂ ਰਲ ਕੇ ਕਹਿੰਦੇ ਵੀ ਅਸੀਂ ਰਲ ਕੇ ਸਮਾਨ ਭਾਵੇਂ ਸਾਡੇ 2 ਗੱਡੇ ਲੱਗਣ ਸਾਡੇ 3 ਲੱਗਣ, ਅਸੀਂ ਜੀ ਆਪਣੇ ਵੱਲੋਂ ਸਮਾਨ ਪਹੁੰਚਦਾ ਕਰਨਾ। ਇਹ ਇਹਨਾਂ ਦਾ ਬਹੁਤ ਬਹੁਤ, ਅਸੀਂ ਤਾਂ ਦੇਣੇ ਨਹੀਂ ਦੇ ਸਕਦੇ, ਬਸ ਇਹੀ ਚੀਜ਼ ਕਹੂੰਗਾ ਇਹਦਾ, ਦੇਣੇ ਨਹੀਂ ਦੇ ਸਕਦੇ। ਕਿਉਂਕਿ ਜਦੋਂ ਨਾ ਕੋਈ ਕਾਰਜ ਕਰੀਏ ਬੰਦੇ ਇਹੀ ਹੁੰਦੇ ਆ, ਜੇ ਦੁੱਖ 'ਚ ਖੜ ਜਾਣ ਤਾਂ ਦੁੱਖ ਘੱਟ ਜਾਂਦਾ, ਜੇ ਖੁਸ਼ੀਆਂ 'ਚ ਖੜ ਜਾਣ ਫਿਰ ਖੁਸ਼ੀ ਵੱਧ ਜਾਂਦੀ ਆ। ਬਸ ਇੱਥੇ ਖੁਸ਼ੀ ਵਾਲੀ ਗੱਲ ਆ, ਵਿਆਹ ਵਰਗੇ ਦਿਨ ਲੰਘ ਰਹੇ ਆ ਵੀਰ ਜੀ, ਗੁਰੂ ਸਾਹਿਬ ਦੀ ਕਿਰਪਾ ਤੁਹਾਡੇ ਵਰਗੇ ਭਰਾਵਾਂ ਦਾ, ਤੁਸੀਂ ਮੀਡੀਆ 'ਚ ਸਾਡਾ ਸਹਿਯੋਗ ਦਿੱਤਾ, ਸਾਡੀ ਗੱਲ ਦੂਜੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਤੁਹਾਡਾ ਵੀ ਬਹੁਤ ਧੰਨਵਾਦ ਆ ਜੀ। ਤੁਸੀਂ ਇੰਨਾ ਮੀਂਹ ਪੈਂਦੇ 'ਚ ਤੁਸੀਂ ਚੱਲ ਕੇ ਆ ਗਏ, ਤੁਹਾਡਾ ਬਹੁਤ ਧੰਨਵਾਦ ਆ ਵੀਰਾ ਜੀ, ਧੰਨਵਾਦ ਆ ਵੀਰ ਜੀ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਏਤਮਾਨ ਚੈਨਲ ਦੇ ਨਾਲ ਜੁੜਨ। ਹਾਂਜੀ ਬਹੁਤ ਬਹੁਤ ਧੰਨਵਾਦ ਆ ਵੀਰ ਜੀ, ਬਹੁਤ ਧੰਨਵਾਦ ਆ ਜੀ, ਬਹੁਤ ਧੰਨਵਾਦ ਤੁਹਾਡਾ ਜੀ, ਅਤੇ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਰੱਖਿਆ ਨਾ ਜੀ, ਗੁਰੂ ਸਾਹਿਬ ਕਿਰਪਾ ਕਰ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।